अक्सर ही बॉलीवुड अते पॉलीवुड दियां फिल्म रिलीज तो पहला स्टार कास्ट वालों अमृतसर स्थित गुरु की नगरी हरिमंदर साहिब विखे नतमस्तक होया जांदा है, जिस दे चलदियां 14 जुलाई नूं रिलीज होण जा रही पंजाबी कॉमेडी ड्रामा फिल्म कदे दादे दियां कदे पोते दियां दी स्टार कास्ट वालों भी बीते दिन ही हरिमंदर साहिब विखे नतमस्तक होके फिल्म की कामयाबी की अरदास की गई। दस दईए कि फिल्म नूं लाडा सिंह घुमण वालों डायरैक्ट किया गया ते फिल्म विच हरीश वर्मा सहित सिमी चहल मुख भूमिका विच नजर आउणगे। फिल्म की ज़्यादातर शूटिंग अमृतसर विच ही की गई है, जिस दे चलदियां इस फिल्म नूं एक मास फैमिली एंटरटेनर भी दसिया जा रहा है। अपने हरिमंदर साहिब दौरे दौरान फिल्म स्टार कास्ट वालों मीडिया नाल खास गलबात की गई ते फिल्म बारे उन्हां होर की किया, आओ तुहानूं सुणाउंदे आं। ਸਤਿਕਾਲ, ਮੈਂ ਹਰੀਸ਼ ਵਰਮਾ। ਅਸੀਂ ਦਰਬਾਰ ਸਾਹਿਬ ਮਹਾਰਾਜ ਤੋਂ ਅਰਦਾਸ ਕਰਨ ਆਏ ਹਾਂ ਮਹਾਰਾਜ ਬਾਰੇ, ਅਤੇ ਅਸੀਂ ਗੁਜ਼ਾਰਿਸ਼ ਕਰਨ ਆਏ ਹਾਂ ਵੀ ਸਾਡਾ ਜਿਹੜੇ ਸਾਡੀ ਮਿਹਨਤ ਹੈ ਜਿਹੜੀ 14 ਤਰੀਕ ਨੂੰ ਸਿਨੇਮਾ ਘਰਾਂ 'ਚ ਆਉਣੀ ਹੈ ਸਾਡੀ ਫਿਲਮ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ, ਉਹ ਫਿਲਮ ਜਦੋਂ ਅਸੀਂ ਸਾਰਿਆਂ ਦੇ ਮੂਹਰੇ ਰੱਖਾਂਗੇ ਸਿਨੇਮਾ ਹਾਲ 'ਚ ਤਾਂ ਪਸੰਦ ਆਵੇ ਸਾਰਿਆਂ ਨੂੰ। ਇਹ ਬੇਸਿਕਲੀ ਪਰਿਵਾਰਕ ਫਿਲਮ ਹੈ ਅਤੇ ਮੈਂ ਇਹੋ ਚਾਹੁੰਦਾ ਕਿ ਸਾਡੀ ਗੁਜ਼ਾਰਿਸ਼ ਹੈ ਵੀ ਪਰਿਵਾਰ ਜ਼ਰੂਰ ਦੇਖਣ ਆਉਣ ਇਸ ਫਿਲਮ ਨੂੰ, ਤਾਂ ਕਿ ਇਸ ਜੋ ਰਿਸ਼ਤਿਆਂ ਦੀ ਗੱਲ ਕੀਤੀ ਹੋਈ ਹੈ ਉਹ ਸਾਰਿਆਂ ਨੂੰ ਦੇਖ ਕੇ ਅਹਿਸਾਸ ਹੋਵੇ ਕਿ ਹਾਂ ਜੋ ਫੀਲਿੰਗਾਂ ਖਤਮ ਹੋ ਰਹੀਆਂ ਨੇ ਰਿਸ਼ਤਿਆਂ 'ਚ ਉਹ ਮੁੜ ਕੇ ਜਿਉਂਦੀਆਂ ਹੋ ਸਕਣ। ਨਹੀਂ ਦੇਖੋ, ਰਿਸਪੈਕਟ ਇਹੋ ਜਿਹਾ ਤਾਂ ਨਹੀਂ ਕਿ ਡਿਸਰਿਸਪੈਕਟ ਕੀਤੀ ਗਈ ਆ। ਹਾਂ, ਇਹ ਹੈ ਕਿ ਕੁਛ ਚੀਜ਼ਾਂ ਨੇ, ਕੁਛ ਫੀਲਿੰਗਸ ਨੇ ਜਦੋਂ ਆਪਾਂ ਬਜ਼ੁਰਗਾਂ ਦੀਆਂ ਨਹੀਂ ਸਮਝ ਪਾਉਂਦੇ, ਜੋ ਯੂਥ ਨਹੀਂ ਸਮਝ ਪਾਉਂਦਾ ਜਾਂ ਮਾਂ ਬਾਪ ਦੀਆਂ ਗੱਲਾਂ ਨਹੀਂ ਸਮਝ ਆਉਂਦੀਆਂ, ਉਹ ਫਿਲਮ 'ਚ ਫਿਰ ਉਸ ਗੱਲ ਨੂੰ ਹੀ ਸਾਹਮਣੇ ਰੱਖਿਆ ਗਿਆ ਵੀ ਕਿੱਦਾਂ ਅੰਡਰਸਟੈਂਡ ਕਰਨਾ ਅਸੀਂ ਆਪਣੇ ਬਜ਼ੁਰਗਾਂ ਨੂੰ, ਉਹਨਾਂ ਦੀਆਂ ਫੀਲਿੰਗਸ ਨੂੰ। ਸੋ ਇਹ ਫਿਲਮ ਦੇਖ ਕੇ ਤੁਹਾਨੂੰ ਸਮਝ ਲੱਗੂਗਾ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਫਿਲਮ 'ਚ। ਪਰਿਵਾਰਕ ਫਿਲਮ ਆ ਜੀ, ਬਸ ਸਾਰੇ ਆਪਣੇ ਪਰਿਵਾਰ ਨਾਲ ਜਾਇਓ, ਨਿਆਣਿਆਂ ਨਾਲ, ਸਪੈਸ਼ਲੀ ਬਜ਼ੁਰਗਾਂ ਨਾਲ, ਉਹਨਾਂ ਨੂੰ ਨਾ ਭੁੱਲਿਓ ਕਿਉਂਕਿ ਉਹਨਾਂ ਦੀ ਗੱਲ ਕਰਦੀ ਹੈ ਇਹ ਮੂਵੀ। ਅਤੇ ਬਸ ਧੰਨਵਾਦ ਜੀ, 14 ਜੁਲਾਈ ਨੂੰ ਪਹੁੰਚਿਓ ਸਾਰੇ। ਥੈਂਕ ਯੂ। ਹਾਂਜੀ ਹਾਂਜੀ, ਉਹਨਾਂ ਲਈ ਵੀ ਬਸ ਥੈਂਕ ਯੂ ਜੀ, ਧੰਨਵਾਦ, ਇੱਦਾਂ ਹੀ ਪਿਆਰ ਦਿੰਦੇ ਰਹੋ ਅਤੇ ਅਸੀਂ ਦੁਬਾਰਾ ਇੱਥੇ ਮੁੜ ਕੇ ਇੱਦਾਂ ਹੀ ਆਉਂਦੇ ਰਹੀਏ। ਥੈਂਕ ਯੂ। ਇੱਥੇ ਅੰਮ੍ਰਿਤਸਰ 'ਚ ਪੂਰੀ ਫਿਲਮ ਸ਼ੂਟ ਹੋਈ ਆ ਅਤੇ ਬਹੁਤ ਜ਼ਿਆਦਾ ਵਧੀਆ ਲੱਗਿਆ ਅੰਮ੍ਰਿਤਸਰ ਸ਼ੂਟ ਕਰਕੇ, ਇੱਥੇ ਸਪੈਸ਼ਲੀ ਬਹੁਤ ਵਧੀਆ ਵਧੀਆ ਖਾ ਕੇ। ਜੀ, ਮੇਰਾ ਕਿਰਦਾਰ ਦਾ ਨਾਮ ਕਮਲ ਆ ਅਤੇ ਇਹ ਗੁੱਗੂ ਨੇ, ਸਾਡਾ ਵਿਆਹ ਹੋਣ ਵਾਲਾ ਪਰ ਕੋਈ ਕਾਰਨ ਤੋਂ ਹੋ ਨਹੀਂ ਪਾਉਂਦਾ, ਅਤੇ ਇਹੀ ਦੱਸਦੀ ਆ ਜੀ ਫਿਲਮ ਵੀ ਕਿਉਂ ਨਹੀਂ ਹੋ ਪਾਉਂਦਾ। ਟ੍ਰੇਲਰ ਦੇਖੋ ਜੀ, ਟ੍ਰੇਲਰ 'ਚ ਪਤਾ ਚੱਲੂਗਾ ਵੀ ਕੀ ਹੁੰਦਾ। ਥੈਂਕ ਯੂ ਜੀ, ਥੈਂਕ ਯੂ। ਇਸ ਤਰ੍ਹਾਂ ਮੇਰੀ ਮਰਜ਼ੀ ਤੋਂ ਬਗੈਰ ਵਿਆਹ ਹੋ ਜਾਣਗੇ, ਮੈਂ ਤਾਂ ਆਪਣੇ ਮੁੰਡੇ ਦਾ ਨਾ ਹੋਣ ਦੇਵਾਂ ਇਸ ਤਰ੍ਹਾਂ, ਇਹ ਤਾਂ ਫਿਰ ਫਿਲਮ ਵਾਲੇ ਮੁੰਡੇ ਦਾ। ਸੋ ਇਹਨਾਂ ਦੋਵਾਂ ਦੀ ਜੋੜੀ ਬਹੁਤ ਜ਼ਿਆਦਾ ਹਿੱਟ ਆ ਸਾਡੇ ਪੰਜਾਬੀ ਸਿਨੇਮੇ 'ਚ, ਦਰਸ਼ਕ ਬੜਾ ਪਿਆਰ ਕਰਦੇ ਨੇ ਗੋਲਕ ਬੁਗਨੀ ਤੋਂ ਲੈ ਕੇ, ਅਤੇ ਤਕਰੀਬਨ ਇਹ ਸਾਰੀ ਇਸ ਫਿਲਮ ਦੀ ਜਿਹੜੀ ਕਾਸਟ ਹੈਗੀ ਆ ਉਹ ਗੋਲਕ ਬੁਗਨੀ ਵਾਲੀ ਫਿਲਮ ਵਿੱਚੋਂ ਹੀ ਨੇ ਜ਼ਿਆਦਾ ਜਾਣੇ, ਅਤੇ ਤੁਹਾਨੂੰ ਫੀਲ ਵੀ ਆਏਗਾ ਉਸ ਤਰ੍ਹਾਂ ਦਾ, ਅਤੇ ਬਹੁਤ ਮਜ਼ੇਦਾਰ ਫਿਲਮ ਬਣੀ ਆ, ਬਸ ਪਟਾਕੇ ਨੇ। ਅਤੇ 14 ਜੁਲਾਈ ਨੂੰ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ, ਅਤੇ ਬਹੁਤ ਅੱਛਾ ਮੈਸੇਜ ਹੈਗਾ ਔਰ ਬਹੁਤ ਕੌਮਿਕ ਫਿਲਮ ਹੈ। ਮੈਂ ਜ਼ਿਆਦਾ ਤਾਂ ਨਹੀਂ ਰਿਵੀਲ ਕਰ ਸਕਦੀ ਕਿਉਂਕਿ ਧੀਰਜ ਨੇ ਅਤੇ ਕਰਨ ਨੇ ਫਿਲਮ ਲਿਖੀ ਹੈਗੀ ਆ, ਇਹ ਲਾਡੀ ਸਿਆਂ ਘੁੰਮਣ ਸਾਡੇ ਉਹ ਡਾਇਰੈਕਟਰ ਨੇ, ਸਾਡੇ ਪ੍ਰੋਡਿਊਸਰ ਨੇ ਵੀਰ ਪੁਰਤਗਾਲ ਤੋਂ, ਅਤੇ ਇਹ ਕਿ ਮੈਂ ਜ਼ਿਆਦਾ ਫਿਰ ਡਾਇਲੋਗ ਸੁਣਾ ਦੂੰਗੀ ਤਾਂ ਫਿਰ ਫਿਲਮ ਲੋਕਾਂ ਨੇ ਕਹਿਣਾ ਚੱਲ ਇਤਨਾ ਸੋਹਣੀ ਲਈ ਹੈ ਹੁਣ ਕੀ ਕਰਨਾ ਹੈ। ਪੰਜਾਬੀ ਫਿਲਮ ਨੂੰ ਬੋਲੀਵੁੱਡ ਪ੍ਰਮੋਟ ਕਰ ਰਿਹਾ, ਕਿੱਦਾਂ ਦੇਖਦੇ? ਬਸ ਮੈਂ ਵੀ ਡਿੱਕਣ ਡਈ ਵੀ ਮੈਨੂੰ ਕਿਸੇ ਦਿਨ ਫੋਨ ਆਵੇ ਤਾਂ ਮੈਂ ਵੀ ਫਿਰ ਹਾਲੀਵੁੱਡ ਦੀ ਫਿਲਮ 'ਚ।